ਚੜਾਈ ਰੱਖ ਹੁਣ ਉਹਦੇ ਤੇ ਮੀਟਰ ਤੇ ਸਾਰਾ ਕੁਝ ਚੱਲਿਆ ਰਹੇ ਮੀਟਰ ਤੇ ਹਾਂ ਤੇ ਕੱਲ੍ਹ ਚਲਾਇਆ ਵੀ ਤੇ ਹੈ ਸੀ ਨਾ ਨਹੀਂ ਦੂਜੀ ਲੈਟ ਚਲਾਈ ਬਸ ਸਹੀ ਹੈ ਰੋਟੀ ਖਾ ਲਓ ਚੱਲ ਪਹਿਲਾਂ ਰੋਟੀ ਖਾ ਕੀ ਆਉਣਾ ਮੈਂ ਤੂੰ ਭਾਈ ਨਹੀਂ ਤਰੀਕ ਤੱਕ ਪਹੁੰਚੀ ਕੰਮ ਸ਼ਾਮ ਦੇ ਪਹਿਲਾਂ ਘਰ ਲੈ ਦੇ ਹਨਾ ਸੁਣ ਚੱਲ ਸਹੀ ਮਾਂ ਨੇ ਦਵਾਜ਼ ਮਾਰਾ ਮਾਮਾ ਜੀ ਪਿਆ ਕੇ ਰੋਟੀ ਖਾ छेती आ हाँ पहले मेनू बाद च नहीं आखना मेरी रोटी नहीं पक्की मैं लागे नहीं वजन देना चुले दे किसी ਚੱਲ ਲੈ ਲੈ ਰੋਟੀ ਆਪੀ ਲੈਣ ਦਾ ਕੀ ਲੈਣ ਦਾ ਦੁੱਧ ਕੀ ਆ ਕਿਆ ਹੈ ਲਿਆ ਗਾ ਖਾਈ ਦੁੱਧ ਘਟ ਆ ਜੀ ਵਧੀਆ ਹੈ ਮੈਂ ਕਹਾ ਹੋਟਾ ਦੀ ਵੀ ਕੀ ਕੁੜੀ ਆ ਕੀ 1 ਕਿਲੋ ਤੇ ਖਵਾ ਦੂੰ ਦੁੱਧ ਤੇ ਲੈ ਅੱਛਾ ਇਹ ਪੰਨੀ ਹੈ ਹੈ ਤੇ ਜਾ ਉਹ ਕੁਛ ਆ ਪੰਨੀ ਨੂੰ 1.5 ਕਿਲੋ ਦੁੱਧ ਤੇ ਲੈ ਦੁੱਧ 1.5 ਕਿਲੋ ਪਹੁੰਚ ਤਾ ਨਹੀਂ ਅੰਕਲ ਨੂੰ ਪਤਾ ਨਹੀਂ ਆ ਵੇਖਣ ਨੂੰ ਪਤਾ ਹੈ ਮੈਂ ਨਹੀਂ ਲਗੀ ਲਵਾਉਣ ਦੇ ਭਲੇਖਾ ਮੈਨੂੰ ਪਤਾ ਸੀ ਕੋਬੇ ਆਪਣਾ ਦੀ ਤੈਨੂੰ ਨਾ ਬਤਾਉਂਦਾ ਚਾਹ ਬਣਾਉਣ ਦੀ ਤੇ ਖਾ ਰੋਟੀ ਲੈ ਮਾਮਾ ਨਹੀਂ ਚੰਗੀ ਤਰ੍ਹਾਂ ਖੁਸ਼ਕ ਕਰ ਲੈ ਚਾਹ ਸੇ ਫਿਰ ਮੈਂ ਕਰੀਮ ਤੋਂ ਤੋ ਤੇ ਮੈਂ ਤੇ ਕਹਿੰਦੀ ਆ ਚੁੱਟੀ ਕਿਉਂ ਨਾ ਪਤਾ ਮੰਨੀ ਮੈਂ ਕਹਾਂ ਹੁਣ ਦੋ ਛੜਾ ਬੁਣਾ ਨਾ ਕੱਢ ਦੇ ਅੰਗੀ ਆ ਚਾਹ ਕਹਿੰਦੀ ਆ 1 ਕਿਲੋ ਤੇ 10 ਕਿਲੋ ਚੋ ਮੈਂ ਕਹਾਂ ਨਹੀਂ ਉਹ 1 ਕਿਲੋ ਤੇ ਕਪਾ ਆ ਕਹਿੰਦੀ ਆ ਨਹੀਂ ਜੋ ਕਹਿੰਦੀ 1.5 ਕਿਲੋ ਸਾਡਾ ਮੱਗਾ 10 ਕਿਲੋ ਵਾਲਾ ਮੈਂ ਉਹ ਪਾਣੀ ਉਹ ਪੈਂਦਾ ਤੇ ਕਹਿੰਦੀ ਆ ਨਹੀਂ ਉਹ ਕੂੜੇ ਪੈਂਦਾ ਅੱਜ ਉਹ ਦੇ ਨਾ ਲੈ ਲੋ ਦਵਾ ਰੋਟੀ ਹੋ ਕਹਿੰਦੀ ਆ ਤੁਸੀਂ ਦੋ ਦਿਨ ਕਹਿੰਦੀ ਤੁਸੀਂ ਦੋ ਦਿਨ ਗੁੱਲੇ ਚ ਪਾ ਕੇ ਆਈਆਂ ਰਹਿ ਤੁਸੀਂ ਦੋ ਦਿਨ ਤੁਸੀਂ ਦੋ ਦਿਨ ਤੋਂ ਉਧਰ ਬਾਹਰ ਰੋੜਿਆ ਆ ਕਹਿੰਦੀ ਆ ਉਹ ਮੈਂ ਤੇ ਕਹਿੰਦੀ ਆ ਤੇ ਦਾਦੀ ਕਹਿੰਦੀ ਤੇ ਪਾਊਡਰ ਪਾ ਦਿੰਦੇ ਆ ਚੰਗਾ ਕੀ ਤਾਂ ਨਹੀਂ ਦੱਸਿਆ ਆਖਣਾ ਨਹੀਂ ਆਹੋ ਦੋ ਦਿਨ ਅਸੀਂ ਬਾਹਰ ਰੋੜਿਆ ਦੁੱਧ ਦੋ ਦਿਨ ਫਰਿੱਜ ਪਿਆ ਦੁੱਧ ਖਰਾਬ ਹੋਇਆ ਸਾਡੇ ਘਰ 8-8 ਦਿਨਾਂ ਦਾ ਦੁੱਧ ਨਹੀਂ ਖਰਾਬ ਹੁੰਦਾ ਵੀ ਆ ਲਾ ਲਓ ਅਧਰੂ ਮਾਂ ਪਾਣੀ ਕਿ ਗਲਾਸ ਥੱਲੂ ਲੈ ਆ ਸਟੀਮ ਦਾ ਗਲਾਸ ਪਾ ਕੇ ਦੋ ਦਿਨ ਦੇ ਅੰਦਰ ਰੱਖਣਾ ਹੀ ਪੈਣਾ ਨਾ ਆਂਦਾ ਹੀ 5-6 ਦਿਨਾਂ ਤੱਕ ਉਹ ਆਣੀ ਨਹੀਂ ਮਿਲਦਾ ਰੱਖਣਾ ਹੀ ਪੈਣਾ ਬੈਠਕ ਜੋ रोटी मैं ना जाना तो नहीं देना उन्होंने
ਤਾਂ ਮੈਂ ਵੇਖਿਆ ਤੇ ਮੈਨੂੰ ਪਤਾ ਲੱਗ ਗਿਆ ਤੈਨੂੰ ਨਹੀਂ ਪਤਾ ਲੱਗਾ ਦੁੱਧ ਥੋੜਾ ਮੈਂ ਵੀ ਮਾਂ ਦੇ ਸ਼ਰਮ ਤਾਂ ਮੈਂ ਨਾ ਖੜਾ ਕਰ ਜੇ ਉਹਨੇ ਪਾਇਆ ਤੇ ਸਾਹਮਣੇ ਨਹੀਂ ਕਿ ਪਾਇਆ ਮੈਂ ਪਿੱਛੇ ਬਹੁਤ ਅੱਜ ਵੀ ਤੌਰ ਕੱਢ ਕੇ ਲਿਆਂਦੇ ਅੱਜ ਦੋ ਦਿਨ ਦੇ ਸਾਹਮਣੇ ਪਾਉਂਦੇ ਨੇ ਐਣਾ ਜੀ ਉਹ ਜਿੰਨੇ ਮਰਜ਼ੀ ਟਾਈਮ ਜੋ ਫਰਜ਼ ਚ ਪਿਆ ਹੁੰਦਾ ਹੈ ਕਿਨਾਂ ਦਾ ਐਣਾ ਦਾ ਰੋਹ ਕਲਾ ਦਿੰਦੀ ਉਹ ਹਾਂ ਪਹਿਲਾਂ ਕੀ ਬਾਤ ਹੁੰਦੀ ਹੈ ਮੈਨੂੰ ਸਾਹਮਣੇ ਅਦਰ ਵੇਖੀ ਜਿੰਨੇ ਮਰਜ਼ੀ ਟਾਈਮ ਆ ਜਾਓ ਆ ਵੇਖੋ ਨਾ ਚਾਜ ਨਾ ਕੱਢੀ ਦੀ ਹੈ ਤੇ ਕੀ ਹੈ ਐਨੇ ਦਾ ਬਾਹਰ ਆ ਕੇ ਰੋਟੀ ਰੱਖ ਕੇ ਤੂੰ ਵੀ ਬਾਹਰ ਆ ਅਦੀ ਰੋੜ ਆ ਸਾਹ ਦੀ ਅੱਗੀ ਲਾ ਕੇ ਦੇ ਨਹੀਂ ਖਾਧੀ ਨਹੀਂ ਰੋਟੀ ਖਾ ਲਈ ਆ ਉਹਨੇ ਥੋੜੀ ਜਿਹੀ ਹੋਰ ਖਾਣੀ ਆ ਹੋਰ ਚੌਲ ਨਹੀਂ ਖਾਧੇ ਤੇ ਅੱਜ ਦਾ ਇਹ ਬੰਦੇ ਚਾਹ ਪੀਣੀ ਆ ਹੈ ਨਹੀਂ ਅੱਛਾ ਮਾਰੀ ਚੱਲੇ ਜ਼ਿੱਦ ਕਰ ਕਰਕੇ ਆਪਸ ਦੇ ਵਿੱਚ ਮਾਰੀ ਜਾਣਾ ਜੇ ਇੱਕ ਦਿਨ ਮਾਰੀ ਜਾਣਾ ਜੇ ਇੱਕ ਦਿਨ ਪਾਣੀ ਲਿਆਉਣ ਦੇ ਵਿੱਚ ਕਿਹੜੀ ਤੂੰ ਕਸ ਚੱਲੀ ਹੈ ਉਹ ਕਦੋਂ ਲੈਣ ਗਈ ਸੀ ਪਾਣੀ ਵੈਲਕਮ ਹੈਦਰ ਅਲੀ ਹੈਦਰ ਅਲੀ ਕੀ ਹਾਲ ਹੈ